ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਦੇਸੀ ਤੜਕੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਅੱਜ ਅਸੀਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨੀ ਚਾਹੁੰਦੇ ਹਾਂ ਜੋ ਕਿ ਸਿੱਧੂ ਮੂਸੇਵਾਲੇ ਦੀ ਕਾਲਜ ਟਾਈਮ ਦੀ ਪੁਰਾਣੀ ਵੀਡੀਓ ਹੈ ਅਤੇ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਕਾਲਜ ਦੇ ਵਿੱਚ ਅਖਿਲ ਦਾ ਲਾਈਵ ਕੰਸਰਟ ਲੱਗਿਆ ਸੀ। ਅਤੇ ਇਸ ਵੀਡੀਓ ਦੇ ਵਿੱਚ ਸਿੱਧੂ ਮੂਸੇਵਾਲਾ ਸਟੇਜ ਦੇ ਬੈਕ ਸਾਈਡ ਖੜ੍ਹਾ ਸਟੇਜ ਔਰਗਨਾਈਜ਼ ਕਰ ਰਿਹਾ ਸੀ। ਅਤੇ ਦੋਸਤੋ, ਇਹ ਵੀਡੀਓ ਆਪਾਂ ਨੂੰ ਬਹੁਤ ਕੁਝ ਦੱਸ ਰਹੀ ਹੈ ਅਤੇ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਨੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰ ਦਿਓ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਮੈਂ ਜਦੋਂ ਤੇਰੇ ਖਾਬਾਂ ਵਾਲੀ ਰਾਤ ਤੁਰਿਆ, ਮੈਂ ਜਦੋਂ ਤੇਰੇ ਖਾਬਾਂ ਵਾਲੀ ਰਾਤ ਤੁਰਿਆ, ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ। ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ, ਜਾ ਕੇ ਪੁੱਛ ਲੈ ਗਵਾਹ ਨੇ ਤਾਰੇ ਅੜੀਏ। ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ, ਜੋ ਤਾਨੇ ਕੱਸਦੇ ਉਹਨਾਂ ਨੂੰ ਕੱਸ ਲੈਣ ਦੇ। ਆਖਰੀ ਪਹਿਰਾ ਸੀਗਾ, ਇਕੱਠੇ ਹੋ ਕੇ ਦੁਨੀਆ ਬਣਾ ਲਈਏ। ਇੱਕ ਆਪਾਂ ਉਹਦੀ ਵੀਡੀਓ ਬਣਾਉਂਦੇ ਹਾਂ, ਅੱਜ ਤੁਹਾਡੀ ਸਾਰਿਆਂ ਦੀ ਵੀਡੀਓ ਸ਼ਾਮ ਨੂੰ ਮੈਂ ਫੇਸਬੁੱਕ 'ਤੇ ਪਾਊਂਗਾ। ਇਕੱਠੇ ਹੋ ਕੇ ਦੁਨੀਆ ਬਣਾ ਲਈਏ, ਰੁਸੀਏ 'ਚ ਝੱਟ ਹੀ ਮਨਾ ਲਈਏ। ਮੈਂ ਝੋਲੀ ਤੇਰੀ ਖੁਸ਼ੀਆਂ ਨਾ ਭਰ ਦਊਂਗਾ, ਸੁਪਨਿਆਂ ਵਾਲਾ ਤੈਨੂੰ ਘਰ ਦਊਂਗਾ। ਫਿੱਕੇ ਨਹੀਂ ਨਾਰੇ ਸੱਚੀ, ਉਹ ਫਿੱਕੇ ਨਹੀਂ ਲਾਰੇ ਸੱਚੀ ਗੂੜਿਆ, ਤੇਰੇ ਲਈ ਹੱਥ ਰੱਬ ਅੱਗੇ ਜੁੜਿਆ। ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਤ ਤੁਰਿਆ, ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ। ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਥੈਂਕ ਯੂ ਸੋ ਮੱਚ। ਦੋਸਤੋ, ਜਿੱਦਾਂ ਕਿ ਤੁਸੀਂ ਪੂਰੀ ਵੀਡੀਓ ਦੇਖੀ ਅਤੇ ਵੀਡੀਓ ਆਪਾਂ ਨੂੰ ਦੱਸਣਾ ਚਾਹ ਰਹੀ ਹੈ ਕਿ ਸਾਨੂੰ ਟਾਈਮ ਦਾ ਕਦੇ ਵੀ ਕੁਝ ਨਹੀਂ ਪਤਾ ਹੁੰਦਾ ਕਿ ਕੱਲ੍ਹ ਕੀ ਹੋ ਜਾਣਾ। ਅਤੇ ਇਸੇ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਜੋ ਕਿਸੇ ਟਾਈਮ ਕਾਲਜ ਦੇ ਵਿੱਚ ਸਟੇਜ ਔਰਗਨਾਈਜ਼ ਕਰਵਾਉਂਦਾ ਸੀ, ਅਤੇ ਅੱਜ ਉਹੀ ਸਿੱਧੂ ਮੂਸੇਵਾਲੇ ਨੂੰ ਲੋਕ ਸਟੇਜ 'ਤੇ ਬੁਲਾਉਣ ਦੇ ਲਈ ਤਰਸ ਰਹੇ ਨੇ। ਅਤੇ ਜਾਂਦੇ ਜਾਂਦੇ ਅਸੀਂ ਸਾਰੇ ਦਰਸ਼ਕਾਂ ਨੂੰ ਇੱਕੋ ਗੱਲ ਕਹਿਣੀ ਚਾਹੁੰਦੇ ਹਾਂ ਕਿ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਅਤੇ ਟਾਈਮ ਦਾ ਆਪਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਟਾਈਮ ਆਪਾਂ ਨੂੰ ਕਿੱਥੋਂ ਚੱਕ ਕੇ ਅਤੇ ਕਿੱਥੇ ਲੈ ਜਾਵੇ। ਅਤੇ ਜੇਕਰ ਸਹਿਮਤ ਆ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ। ਅਤੇ ਜਿਨ੍ਹਾਂ ਨੇ ਸਾਡਾ ਦੇਸੀ ਤੜਕਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਣੀ ਯੂਟਿਊਬ ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਧੰਨਵਾਦ।